ਜਿਹੜਾ ਕਪੂਰਥਲਾ ਦਾ ਗੋਲੀਆਂ ਵਾਲਾ ਦਾ ਜੰਗਲ ਹੈ ਕਿੰਨੇ ਦੇ ਵਾਸਤੇ ਪਿੰਡ ਦਾ ਕਿਹੜਾ ਕਿੰਨੇ ਵਾਲਾ ਜੰਗਲੀ ਬਣ ਗਿਆ ਹੈ। ਸਰ ਜਸਵਿੰਦਰ ਸਿੰਘ ਦਾ ਪੁੱਤਰ ਆ ਮੈਦਾਨ ਦੇ ਅੰਦਰ ਕਬੱਡੀ ਪਾਉਣ ਦੇ ਵਾਸਤੇ ਗੁਰਵਿੰਦਰ ਇਹਨੂੰ ਬੰਦੀ ਕਹਿੰਦੇ ਪਿਆਰ ਦੇ ਨਾਲ ਦਿੱਬੇ ਵਾਲਾ ਮੈਦਾਨ ਦੇ ਬਣੇ ਹੀ ਕਬੱਡੀ ਦੇ ਉੱਪਰ ਦੇਖਦੇ ਵੀ ਕੁਝ ਕੱਢਣੀ ਤੇ ਬੜੀ ਅੱਗੇ ਲਾਉਣੀ ਕਬੱਡੀ ਦੇ ਡਾਕ ਦਿੱਤੋ ਧਾਰਮਿਕਤਾ ਦੇ ਨਾਲ ਸਭ ਅੱਗੇ ਦੇ ਕਾ ਕੇ ਖੁਰਾਕ ਦਿੱਤੋ ਸਾਬਲ ਦੇ ਵਾਲਾ ਬਹੁਤ ਕਮਾਲ ਆ ਜਿਹੜਾ ਜਿਹੜਾ ਕਪੂਰਥਲਾ ਦਾ ਭੰਡਾਲ ਜਿਹੜਾ ਪਿੰਡ ਹੈ ਰਾਓ ਭੰਡਾਲੋ ਦੇ ਵਾਲਾ ਨਾਗਰਨ ਹਰਜੋਤ ਭੰਡਾਲ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਖਿਡਾਰੀ ਚਾਰ ਜਾਫੀਆਂ ਦੇ ਵਿੱਚੋਂ ਪਾਉਣ ਡੱਕਣ ਦੀ ਕੋਸ਼ਿਸ਼ ਕਰਦਾ ਇੰਡੀਆ ਦੀ ਗੇਂਦ ਦਾ ਲਾਓ ਦੋ ਨੰਬਰ ਤੋਂ ਕਿ ਕੁਝ ਕੱਢਣੀ ਤੇ ਬੜੀ ਔਖੀ ਲਾਉਣੀ ਕਬੱਡੀ ਦੇ ਢਾਕ ਦਿੱਤਰੋ ਧਾਰਮਿਕਤਾ ਦੇ ਨਾਲ ਸਭ ਅੱਗੇ ਕਾ ਕੇ ਖੁਰਾਕ ਦਿੱਤਰੋ ਇਹ ਹੈ ਜੱਗਾ ਮਾੜੀਕੇ ਵਾਲਾ ਤੇ ਦਬੋਰ ਜੀ ਵਾਲਾ ਤੀ ਜ਼ਿਲ੍ਹਾ ਤਰਨ ਤਾਰਨ ਮਾਕੇ ਦੀ ਧਰਤੀ ਦਾ ਮਰਿਆਲ ਆ ਦਲੇਰੀ ਨਾਲ ਖੇਡਣ ਵਾਲਾ ਕਬੱਡੀ ਖਿਡਾਰੀ ਖੇਡ ਕਬੱਡੀ
ਮੇਰੇ ਬਹੁਤ ਸਾਰੀ ਆਸਾਂ ਇਸ ਨੌਜਵਾਨ ਤੋਂ ਤੇ ਬਹੁਤ ਸਾਰੀਆਂ ਤੇ ਬਹੁਤ ਦੁਨੀਆ ਦਾ ਸੁਪਰਸਟਾਰ ਫਿਰ ਸੁਪਰ ਡੁਪਰ ਅਗਲੀ ਕਬੱਡੀ ਬਾਲ ਦੇ ਵਾਸਤੇ ਲੁੱਟੇ ਆ ਰਹੀ ਹੈ ਮੈਦਾਨ ਦੇ ਵਿੱਚ ਵੱਧਦਾ ਹੋਇਆ ਇਹ ਹੈ ਲਸਾੜੇ ਵਾਲਾ ਬੱਬੂ ਤੇ ਉਸਤਾਦ ਜੀ ਨੂੰ ਸਾਂਝੇ ਕਰਦੇ ਹੋ ਵਾਹ ਸੌਂਜਾ ਬੱਬੂ ਆ ਮਾਣੋ ਮਿੱਟੀ ਆਈ ਇਹ ਨੌਜਵਾਨ ਜਿਹੜਾ ਲੁਧਿਆਣਾ ਦੇ ਇਹ ਮਿਲੇ ਦਾ ਭਤੀਜਾ ਨੌਜਵਾਨ ਬਹੁਤ ਚੋਟੀ ਦਾ ਖਿਡਾਰੀ ਰਿਹਾ ਉਹ ਨੌਜਵਾਨ ਜੀਤੇ ਇੱਕ ਮਮਾਨੀ ਵਾਲੇ ਪਿੰਡ ਸਿੰਘ ਵਰਗਾ ਸਰੀਰ ਸੁਣਾਉਂਦਾ ਉਹ ਤਾਂ ਨਹੀਂ
ਵੱਡੀ ਗੱਲ ਦਾ ਮਨ ਬਣਿਆ ਸਾਰੇ ਸੰਗਤ ਇਸ ਮੌਸਮ ਦੇ ਸਹਿਯੋਗ ਦੇ ਨਾਲ ਸੋ ਲੰਮਾ ਸਮਾਂ ਕਬੱਡੀ ਤੈਅ ਕਰਦੇ ਹੀ ਆਪਣੀ ਮੰਜ਼ਲ ਆਪਣੀ ਟੀਮ ਦੇ ਨੰਬਰ ਨੂੰ ਕਾਫੀ ਹੁੰਦਾ ਹੈ ਸਫਲਤਾ।
ਲੈ ਭਾਦਾ ਗੱਜ ਵਾਲੀ ਸ਼ਕਤੀ ਆ ਸ਼ੇਰ ਦਾ ਉਹਦੇ ਸਮੇਂ ਦੇ ਵਿੱਚ ਸਦਾਕਤ ਦੀ ਚਰਚਾ ਹੋ ਗਈ ਕਿ ਪਿਛਲੇ ਲਗਭਗ 13 ਸਾਲਾਂ ਤੋਂ ਵੱਡੀ ਵੱਡੀ ਹੋਈ ਹੈ ਕਦੇ ਇੰਡੀਆ ਕਦੇ ਨਿਊਜ਼ੀਲੈਂਡ ਔਰ ਕਦੇ ਕੈਨੇਡਾ ਦੇ ਕ੍ਰਿਕਟ ਦਾ ਦੇ ਅੰਦਰ ਆਪ ਵੀ ਨੇ ਬੜਾ ਵੱਡੀ ਖਿਡਾਰੀ ਆਪ ਅਗਲੀ ਲੀਡ ਮੈਦਾਨ ਦੇ ਅੰਦਰ ਤਾਂ ਬਹੁਤ ਵੱਡੀ ਹੋਈ ਅਤੇ ਵੱਡੀ ਹੋਈ ਉਹਦਾ ਬੱਲੇ ਦਾ ਕਿਹੜਾ ਬੱਲੇ ਨੂੰ ਖਿਡਾ ਪਾਵੇਗਾ ਆਪ ਬਾਲ ਨਾਲ ਆਪ ਉਸ ਪਾਸੇ ਦੇ ਅੰਦਰ ਕਾਗੇ ਵਾਲਾ ਕੋਸ਼ਿਸ਼ ਕਰ ਰਿਹਾ ਆਪ ਦੇ ਬਾਰੇ ਆਪਣੀ ਟੀਮ ਦੇ ਨਾਲ ਉਹਦੀ ਬਾਤ ਕੀ ਸੋਨੇ ਦਾ ਜਿਸ ਤਰ੍ਹਾਂ ਕਹਿੰਦੇ ਸਾਡੇ ਇਲਾਕੇ ਦੇ ਵਿਚਾਰ ਗਿਆ
साहब जो पाले ने बड़े ठीक दिन वाले अपनी भाषा के बड़े जगह सरार जो लिए हैं और सबसे बाहर हो एक जो आगे बड़ा काम Yeah.